ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੀ ਬਹੁਤ ਹੀ ਖਾਸ ਤੇ ਪਿਆਰੀ ਪੇਸ਼ਕਸ਼ ਗੁੱਡ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਗੁੱਡ ਨਿਊਜ਼ ਸੁਣਾਉਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਬਨਵੈਦ ਜੁੜ ਚੁੱਕੇ ਨੇ। ਬਨਵੈਦ ਸਾਹਿਬ, ਅੱਜ ਦੀ ਕੀ ਤਾਜ਼ਾ ਖਬਰ ਤੇ ਚੰਗੀ ਖਬਰ ਤੁਸੀਂ ਲੈ ਕੇ ਆਏ ਹੋ ਜਿਹੜੀ ਆਪਣੇ ਦਰਸ਼ਕਾਂ ਨੂੰ ਸੁਣਨ ਵਾਲੇ ਸਾਰੇ ਲੋਕਾਂ ਦੇ ਲਈ ਕੁਝ ਪ੍ਰੇਰਣਾ ਸਰੋਤ ਬਣ ਸਕੇ? ਜੀ, ਚੰਡੀਗੜ੍ਹ ਵਿੱਚ ਇੱਕ ਰਿਤੂ ਨਾਂ ਦੀ ਲੜਕੀ ਆ ਜੀ। ਜੀ, ਉਹ ਤਿੰਨ ਵੱਖ ਵੱਖ ਗੇਮਸ ਵਿੱਚ, ਜਿਹਦੇ ਵਿੱਚ ਬਾਸਕਟਬਾਲ ਆਉਂਦਾ, ਰੈਸਲਿੰਗ ਆਉਂਦਾ, ਕੁਸ਼ਤੀ ਆਉਂਦੀ ਆ, ਉਹਦੇ ਵਿੱਚ ਉਹ ਨੈਸ਼ਨਲ ਪੱਧਰ 'ਤੇ ਖੇਡ ਚੁੱਕੀ ਆ। ਠੀਕ ਹੈ। ਪਰ ਗਰੀਬੀ ਪੱਖੋਂ ਉਹਦੇ ਹਾਲਾਤ ਐਸੇ ਸੀਗੇ ਕਿ ਉਹ ਵਿਚਾਰੀ ਜਿਹੜੀ ਸੀਗੀ, ਜਿਹੜੀ ਗੇਮ ਛੱਡਣ ਨੂੰ ਫਿਰਦੀ ਸੀਗੀ। ਪਿੱਛੇ ਜਿਹੇ ਇਹ ਮਾਮਲਾ ਜਿਹੜਾ ਆ, ਕਿਉਂਕਿ ਅਖਬਾਰਾਂ ਵਿੱਚ ਆਇਆ, ਉਦੋਂ ਬਾਅਦ ਜਿਹੜੇ ਹਾਲਾਤ ਉਹ ਬਦਲਣ ਲੱਗੇ। ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਹੁਣੀ ਉਹਨਾਂ ਨੂੰ ਕਿੱਟ ਦੇ ਦਿੱਤੀ ਸੀਗੀ, ਅਤੇ ਉੱਥੋਂ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਆ, ਉਹਨਾਂ ਨੇ ਵੀ ਉਹਨੂੰ ਜਿਹੜੀ ਆ ਕੋਈ ਮਦਦ ਕੀਤੀ ਕੱਪੜਿਆਂ ਦੀ। ਠੀਕ ਹੈ। ਉਦੋਂ ਬਾਅਦ ਉਹ ਲੜਕੀ ਜਿਹੜੀ ਨੌਕਰੀ ਆ ਉਹ ਕਰਦੀ ਰਹੀ ਪਰਚੀਆਂ ਕੱਟਣ ਦੀ। ਜੇ ਤੁਹਾਡੇ ਧਿਆਨ 'ਚ ਹੋਣਾ ਕਿ ਚੰਡੀਗੜ੍ਹ ਦੀ ਮਾਰਕੀਟ ਵਿੱਚ ਨਾ ਜੀ, ਨਗਰ ਨਿਗਮ ਦੀ ਜਿਹੜੀ ਪਾਰਕਿੰਗ ਬਣੀ ਹੋਈ ਆ, ਜੀ ਬਿਲਕੁਲ, ਅਤੇ ਤੁਸੀਂ ਉਹ ਪੈਸੇ ਦੇ ਕੇ ਪਰਚੀ ਕਟਾ ਕੇ ਜਾਂਦੇ ਹੋ, ਅਤੇ ਉਹ ਲੜਕੀ ਜਿਹੜੀ ਉੱਥੇ ਪਰਚੀ ਕੱਟਦੀ ਸੀ ਜੀ। ਹਾਂਜੀ ਹਾਂਜੀ। ਹੁਣ ਇਹ ਹੋਇਆ ਕਿ ਮੁੰਬਈ ਦੀ ਕੰਪਨੀ ਨੇ ਜਦੋਂ ਉਹਦੇ ਧਿਆਨ 'ਚ ਆਇਆ, ਉਹ ਲੜਕੀ ਨੂੰ ਆਪਣੇ ਦਫ਼ਤਰ ਵਿੱਚ ਨੌਕਰੀ ਦੇ ਦਿੱਤੀ ਜੀ। ਠੀਕ ਹੈ। ਮੁੰਬਈ 'ਚ ਨਹੀਂ, ਇੱਥੇ ਮੁੰਬਈ ਦੀ ਬ੍ਰਾਂਚ, ਕੰਪਨੀ ਨੇ, ਮੁੰਬਈ ਦੀ ਮੁੰਬਈ ਦੀ ਕੰਪਨੀ ਦਾ ਦਫ਼ਤਰ ਜਿਹੜਾ ਆ ਉਹ ਲਾਂਤੇਮਾਲ 'ਚ ਆ। ਠੀਕ ਹੈ। ਉਹਨਾਂ ਨੇ ਇਹ ਕੀਤਾ ਕਿ ਉਹ ਕੁੜੀ ਸਿਰਫ 4 ਘੰਟੇ ਜੋਬ ਕਰੂਗੀ, ਉਹਨੂੰ 15,000 ਮਹੀਨਾ ਤਨਖਾਹ ਮਿਲੂਗੀ। ਠੀਕ ਹੈ। ਸੋ ਲੜਕੀ ਜਿਹੜੀ ਆ, ਹੁਣ ਇਹ ਹੋਇਆ ਕਿ ਉਹ ਬਾਕੀ ਟਾਈਮ ਉਹਦਾ ਖੇਡ ਤੇ ਲਾ ਸਕਦੀ ਹੈ। ਇਹੀ ਮੈਂ ਦੱਸਣਾ ਲੱਗਾ ਸੀ ਜੀ। ਉਹਨਾਂ ਨੇ ਇਹ ਕਿਹਾ ਕਿ 4 ਘੰਟੇ ਜੋਬ ਕਰਕੇ ਬਾਕੀ ਜਿਹੜਾ ਟਾਈਮ ਆ ਉਹ ਆਪਣਾ ਖੇਡ ਨੂੰ ਟਾਈਮ ਦੇਊਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਖੇਡ ਦੀ ਫੰਡਿੰਗ ਆ, ਜਿੰਨਾ ਵੀ ਖਰਚਾ ਆਊਗਾ, ਚਾਹੇ ਉਹ ਇੱਥੇ ਦੀ ਪ੍ਰੈਕਟਿਸ ਕਰਨ 'ਤੇ, ਚਾਹੇ ਉਹਨੇ ਕਿਤੇ ਬਾਹਰ ਕੰਪੀਟੀਸ਼ਨ ਲੈ ਜਾਣਾ ਆ, ਉਹ ਜਿਹੜਾ ਸਾਰੀ ਫੰਡਿੰਗ ਹੈ ਉਹ ਕੰਪਨੀ ਕਰੂਗੀ। ਜੀ। ਫਿਰ ਤੁਹਾਨੂੰ ਇੱਕ ਹੋਰ ਧਿਆਨ 'ਚ ਲੈਣਾ ਇਹ ਕਿ ਉਹ ਲੜਕੀ ਦਾ ਪਿਤਾ ਜਿਹੜਾ ਹੈ ਨਾ ਜੀ, ਉਹ ਬਿਮਾਰ ਰਹਿੰਦਾ। ਠੀਕ ਹੈ। ਅਤੇ ਕੰਪਨੀ ਨੇ ਉਹਦੇ ਪਿਤਾ ਦੇ ਇਲਾਜ ਲਈ ਤੁਰੰਤ 51,000 ਰੁਪਏ ਦੀ ਰਕਮ ਉਹ ਰਿਲੀਜ਼ ਕਰਤੀ, ਅਤੇ ਨਾਲ ਇਹ ਕਿਹਾ ਕਿ ਜੇ ਭਵਿੱਖ ਵਿੱਚ ਹੋਰ ਖਰਚਾ ਆਉਂਦਾ ਉਹਦੇ ਫਾਦਰ ਦੀ ਬਿਮਾਰੀ 'ਤੇ, ਤਾਂ ਉਹ ਖਰਚਾ ਵੀ ਸਾਰਾ ਉਹ ਕੰਪਨੀ ਚੁੱਕਿਆ ਕਰੂਗੀ। ਕੰਪਨੀ ਦਾ ਨਾਮ ਦੱਸ ਸਕਦੇ ਆਪਾਂ? ਕੰਪਨੀ ਦਾ ਨਾਮ ਜਿਹੜੇ ਮਤਲਬ ਮੈਨੂੰ ਜਿੱਥੋਂ ਪਤਾ ਲੱਗਾ ਉੱਥੇ ਕੰਪਨੀ ਦਾ ਨਾਮ ਨਹੀਂ ਸਾਰਾ, ਮੇਰੀ ਵੀ ਮੇਰੇ ਮਨ 'ਚ ਸੀਗਾ ਕਿ ਤੁਸੀਂ ਸਵਾਲ ਪੁੱਛੋਗੇ। ਹਾਂਜੀ, ਅਤੇ ਮੇਰੇ ਮਨ 'ਚ ਇਹ ਵੀ ਸੀਗਾ ਉਹਨਾਂ ਦੀ ਐਪਰੀਸ਼ੀਏਸ਼ਨ ਹੋਣੀ ਜ਼ਰੂਰੀ ਹੈ, ਪਰ ਕੰਪਨੀ ਦਾ ਮੈਨੂੰ ਨਾਂ ਨਹੀਂ ਲੱਭਿਆ ਜੀ। ਮੇਰੇ ਧਿਆਨ 'ਚ ਸੀਗਾ ਕਿ ਤੁਸੀਂ ਜ਼ਰੂਰ ਗੱਲ ਕਰੋਗੇ। ਜੀ ਜੀ, ਠੀਕ ਹੈ। ਸੋ ਇਹ ਤਾਂ ਬਹੁਤ ਵਧੀਆ ਹੋਇਆ ਕਿ ਉਸਦੀ ਜਿਹੜੀ ਕਲਾ ਹੈ ਜਾਂ ਉਹਨੂੰ ਸਲਾਮ ਕੀਤਾ ਗਿਆ। ਜੀ, ਅਤੇ ਹੁਣ ਇਹ ਹੋਇਆ ਕਿ ਜਿਹੜੀ ਲੜਕੀ ਹੈ ਨਾ ਜੀ, ਉਹਦੀ ਜਿਹੜੀ ਪਿਤਾ ਦਾ ਬਿਮਾਰ ਰਹਿੰਦੇ ਆ, ਉਹਦੀ ਜਿਹੜੀ ਮਾਂ ਆ ਉਹ ਚੰਡੀਗੜ੍ਹ ਦੇ ਕਿਸੇ ਹਸਪਤਾਲ ਵਿੱਚ ਕੁੱਕ ਆ। ਅੱਛਾ। ਮਤਲਬ ਜਿਹੜਾ ਘਰ ਦਾ ਕਾਰੋਬਾਰ ਚਲਾਉਣ ਲਈ ਮਾੜਾ ਮੋਟਾ, ਅਤੇ ਉਹਦੇ 2 ਛੋਟੇ ਜਿਹੜੇ ਭਰਾ ਆ ਉਹ ਪੜ੍ਹਦੇ ਆ। ਇਹ 'ਚ 2 ਜਿਹੜੀਆਂ ਚੰਗੀਆਂ ਗੱਲਾਂ ਮੈਨੂੰ ਸਾਹਮਣੇ, ਜਿਵੇਂ ਤੁਸੀਂ ਕਹਿੰਦੇ ਵੀ ਗੁੱਡ ਨਿਊਜ਼, ਇੱਕ ਤਾਂ ਇਹ ਆ ਕਿ ਜਿਹੜੀ ਕੰਪਨੀ ਆ ਤੁਸੀਂ ਕਦੇ ਪ੍ਰਸ਼ੰਸਾ ਕਰਨੀ ਬਣਦੀ ਆ, ਜਦੋਂ ਕੰਪਨੀ ਵਾਲੀ ਜਿਹੜੀ ਸਾਈਡ ਆ ਉਹ ਤਾਂ ਗੁੱਡ ਨਿਊਜ਼ ਹੈ। ਹਾਂਜੀ। ਪਰ ਜਿਹੜੀ ਲੜਕੀ ਆ ਜੀ, ਉਹਦੀ ਜਿਹੜੀ ਸੋਚ ਆ ਨਾ ਜੀ, ਉਹ ਤੋਂ ਵੀ ਵੱਡੀ ਗੁੱਡ ਨਿਊਜ਼ ਆ। ਮਤਲਬ ਉਹ ਲੜਕੀ ਜ਼ਿੰਮੇਵਾਰੀ ਸਮਝਦੀ ਆ ਕਿ ਮੈਂ ਆਪਣੇ ਪਰਿਵਾਰ ਦਾ ਪੇਟ ਵੀ ਪਾਲਣਾ, ਆਪਣੀ ਗੇਮ ਵੀ ਚਲਾਉਣੀ ਆ, ਆਪਣੇ ਜਿਹੜਾ ਬਿਮਾਰ ਪਿਤਾ ਉਹਦਾ ਇਲਾਜ ਵੀ ਕਰਾਉਣਾ, ਅਤੇ ਛੋਟੇ ਭਰਾਵਾਂ ਨੂੰ ਪੜ੍ਹਾਉਣਾ ਵੀ ਆ। ਠੀਕ ਹੈ। ਅਤੇ ਉਹ ਜਿਹੜੀ ਬੱਚੀ ਦਾ ਕਹਿਣਾ ਆ ਕਿ ਜਿਹੜੇ ਪੈਸੇ ਉਹਨੂੰ ਨੌਕਰੀ ਤੋਂ ਮਿਲਣਗੇ, ਤਨਖਾਹ ਤੋਂ, ਉਹ ਉਹਨਾਂ ਨਾਲ ਆਪਣੇ ਜਿਹੜੇ ਛੋਟੇ ਭਰਾ ਆ ਉਹਨਾਂ ਨੂੰ ਪੜ੍ਹਾਈ ਕਰਾਊਗੀ, ਅਤੇ ਜਿਹੜਾ ਆਪਣਾ ਪਰਿਵਾਰ ਆ ਜਿਹੜਾ ਖਰਚਾ ਚਲਾਊਗੀ। ਸੋ ਇਹ ਜਿਹੜੀ ਮੈਨੂੰ ਇਹ ਲੱਗਦਾ ਕਿ ਜਿਹੜੀ ਚਾਹੇ ਬਹੁਤ ਸਾਰੇ ਬੱਚੇ ਜਿਹੜੇ ਆ, ਆਪਾਂ ਇਸ ਲੜਕੀ ਤੋਂ ਬਿਨਾਂ ਵੀ ਕਹਿ ਲਈਏ, ਹਾਂਜੀ, ਬੜੇ ਜਿਹੜੇ ਬੱਚੇ ਆ ਜਿਹੜੇ ਕੌਮੀ ਪਲੇਅਰ ਹੁੰਦੇ ਆ, ਪਰ ਉਹ ਆਪਾਂ ਦੇਖਿਆ ਕਿ ਸੜਕਾਂ 'ਤੇ ਰਕਸ਼ਾ ਚਲਾਉਂਦੇ ਵੀ ਦੇਖੇ ਆ, ਕਈ ਕੁਝ ਕਰਦੇ ਦੇਖੇ ਆ, ਸਰਕਾਰਾਂ ਬਿਲਕੁਲ ਜੀ ਬਿਲਕੁਲ ਨਹੀਂ ਸਮਝਦੀਆਂ ਹੈਗੀਆਂ। ਅਤੇ ਅੱਜ ਕਿਸੇ ਨੇ ਇੱਕ ਪ੍ਰਗਟ ਸਿੰਘ ਨੇ ਸਵਾਲ ਵੀ ਪੁੱਛਿਆ ਸੀਗਾ ਕਿ ਤੁਸੀਂ ਹੁਣ ਜਦੋਂ ਅੱਜ ਉਹ ਚੱਲੇ ਸੀਗੇ ਉੱਥੋਂ ਮਾਰਚ 'ਤੇ ਉੱਥੇ ਨੂੰ ਲਖੀਮਪੁਰ ਨੂੰ, ਤਾਂ ਉੱਥੇ ਸਵਾਲ ਹੀ ਪੁੱਛਿਆ ਗਿਆ ਸੀਗਾ ਕਿ ਜਿਹੜੇ ਪਲੇਅਰ ਆ ਉਹ ਚੰਗੇ ਕੰਮ ਲੱਗੇ ਕਿਉਂ ਨਹੀਂ ਆਉਂਦੇ, ਜਾਂ ਤੁਸੀਂ ਪਲੇਅਰਾਂ ਲਈ ਕੀ ਕਰੋਗੇ? ਤਾਂ ਹੁਣ ਮੈਨੂੰ ਇਹ ਲੱਗਦਾ ਕਿ ਹਲੇ ਪ੍ਰਗਟ ਸਿੰਘ ਹੁਣੀ ਸ਼ਾਇਦ ਆਪਣੇ ਮਹਿਕਮੇ ਵੱਲ ਧਿਆਨ ਨਹੀਂ ਦੇ ਸਕੇ, ਉਹਨਾਂ ਕੋਲ ਸਿੱਖਿਆ ਨਾਲ ਖੇਡਾਂ ਮਹਿਕਮਾ ਵੀ ਆ, ਕਿਉਂਕਿ ਅੱਜ ਅੱਜ ਤਾਂ ਉਹ ਬੜੇ ਵੱਡੀ ਜ਼ਿੰਮੇਵਾਰੀ ਚੱਕੀ ਫਿਰਦੇ ਆ ਉੱਥੇ ਨਵਜੋਤ ਸਿੰਘ ਸਿੱਧੂ ਨਾਲ। ਅਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਪ੍ਰੇਰੂੰਗਾ ਕਿ ਜਿਹੜੇ ਸਰਕਾਰ ਆ ਉਹ ਖਿਡਾਰੀਆਂ ਦੇ ਕੰਮ ਆਵੇ, ਜਾਂ ਖਿਡਾਰੀ ਜਿਹੜੇ ਆ ਉਹ ਵੀ ਚੰਗੇ ਕੰਮ ਲੱਗੇ ਆਉਣ। ਪਰ ਜਿਹੜੀ ਇਸ ਲੜਕੀ ਦੀ ਇਹ ਸੋਚ ਆ ਕਿ ਉਹਨੇ ਆਪਣੇ ਜਿਹੜੀ ਪਰਿਵਾਰ ਦਾ ਜ਼ਿੰਮਾ ਚੁੱਕਿਆ, ਆਪਣੇ ਪਿਤਾ ਦੀ ਇਲਾਜ ਦੀ ਜ਼ਿੰਮੇਵਾਰੀ ਲਈ ਆ, ਇਹ ਜਿਹੜੀ ਹੈਗੀ ਆ ਦੋਨਾਂ ਧਿਰਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਆ। ਪਰ ਆਪਾਂ ਉਦੋਂ ਪਹਿਲਾਂ ਹੋਰ ਕਹਿ ਲਈਏ, ਫਿਰ ਜੇ ਮੇਅਰ ਨੇ ਜਿਹੜਾ ਆ ਉਹ ਆਪਣੇ ਕੋਲ ਪੈਸੇ ਦਿੱਤੇ ਆ, ਜਾਂ ਜੇ ਕਾਂਗਰਸ ਦੇ ਪ੍ਰਧਾਨ ਆ, ਯੂਥ ਕਾਂਗਰਸ ਦੇ ਪ੍ਰਧਾਨ ਆ ਮਨੋਜ ਲਵਾਣਾ, ਉਹਨਾਂ ਨੇ ਵੀ ਜਿਹੜੀ ਇਹ ਮਦਦ ਕੀਤੀ ਆ,
ਤੇ ਮੈਂ ਹੁਣ ਇਹ ਵੀ ਸੁਣਿਆ ਕਿ ਇਸ ਜਿਹੜੀ ਹੈਗੀ ਆ ਨੌਕਰੀ ਤੋਂ ਬਾਅਦ ਜੀ ਜੀ ਕੋਈ ਇੱਕ ਐਨ ਜੀ ਓ ਨੇ ਉਹ ਵੀ ਆਫਰ ਕੀਤੀ ਆ ਕਿ ਜਿਹੜਾ ਲੜਕੀ ਕਿਉਂਕਿ ਵਿਚਾਰੀ ਗਰੀਬ ਘਰ ਦੀ ਆ ਉਹਦੇ ਕੋਲੇ ਲੰਤੇ ਮਾਲ ਨੂੰ ਘਰੋਂ ਕਿਉਂਕਿ ਰਹਿੰਦੇ ਝੁੱਗੇ ਝੋਪੜਿਆਂ ਵਿੱਚ ਹੁੰਦੇ ਆ ਜਾਣ ਆਉਣ ਦਾ ਕੋਈ ਸਾਧਨ ਨੀਗਾ ਤੇ ਇੱਕ ਕਿਸੀ ਐਨ ਜੀ ਓ ਨੇ ਆਫਰ ਕੀਤੀ ਆ ਕਿ ਉਹਨੂੰ ਉਹ ਜਿਹੜੀ ਆ ਸਕੂਟੀ ਵੀ ਲੈ ਕੇ ਸਕੂਟਰੀ ਲੈ ਕੇ ਦੇਣ ਤਾਂ ਕਿ ਉਹ ਜਿਹੜਾ ਆ ਕਿਉਂਕਿ ਉਹ ਬੱਚੇ ਲਈ ਬੜਾ ਔਖਾ ਹੁੰਦਾ ਕਿ ਜੇ ਉਹ ਰੋਜ਼ ਥ੍ਰੀ ਵੀਲਰ ਜਾਂ ਕੁਝ ਕਰੇ ਤੇ ਉਸ ਭਾੜਾ ਖਰਚਾ ਵੀ ਹੁੰਦਾ ਟਾਈਮ ਵੀ ਬਹੁਤ ਲੱਗਦਾ ਹੈ ਤੇ ਹੁਣ ਉਹ ਜਿਹੜਾ ਇਹਦੇ ਲਈ ਸੌਖਾ ਹੋ ਜਾਊਗਾ ਕਿ ਆਪਣੀ 4 ਘੰਟੇ ਦੀ ਲਾਂਤੇ ਮਾਲ ਜੋਬ ਕਰ ਸਕੂਗੀ ਤੇ ਬਾਅਦ ਚ ਪ੍ਰੈਕਟਿਸ ਕਰ ਸਕੂਗੀ ਫਿਰ ਘਰੇ ਆ ਕੇ ਦੇਖੋ ਵੀ ਜਿਹੜੀ ਘਰਦਿਆਂ ਨੂੰ ਸਾਂਭ ਸਕੂ ਜੀ ਤੇ ਨਾਲੇ ਵੀ ਕਿਹਾ ਗਿਆ ਕਿ ਉਹ ਜਿਹੜੀ ਆਪਣੇ ਦੋ ਛੋਟੇ ਭਰਾ ਉਹਨੂੰ ਸਿਰਫ ਪੜ੍ਹਾਉਂਦੀ ਨਹੀਂ ਹੈ ਸਕੂਲ ਦਾ ਖਰਚਾ ਨਹੀਂ ਚੁੱਕਦੀ ਸਗੋਂ ਆਪ ਘਰੇ ਟਿਊਸ਼ਨ ਵੀ ਲੈਂਦੀ ਉਹਨਾਂ ਦੀਆਂ ਠੀਕ ਹੈ ਸੋ ਇਹ ਜਿਹੜਾ ਇੱਕ ਬੜੀ ਗੁੱਡ ਨਿਊਜ਼ ਵੀ ਹੈ ਤੇ ਇੱਕ ਚੰਗੀ ਉਦਾਹਰਣ ਹੈ ਮੈਨੂੰ ਲੱਗਦਾ ਸਾਡੀ ਜਿਹੜੀ ਯੂਥ ਆ ਕਿਉਂਕਿ ਆਪਾਂ ਜਿਵੇਂ ਅਕਸਰ ਗੱਲ ਕਰਦੇ ਹੁੰਦੇ ਆ ਕਿ ਉਹਨਾਂ ਦਾ ਧਿਆਨ ਤਾਂ ਜਿਹੜਾ ਵਧੇਰੇ ਫੈਸ਼ਨਾਂ ਵੱਲ ਆ ਬਿਲਕੁਲ ਤੇ ਤੁਹਾਡੇ ਮੈਂ ਇੱਕ ਨਿੱਕੀ ਜਿਹੀ ਗੱਲ ਤੁਹਾਡੇ ਹੋਰ ਧਿਆਨ 'ਚ ਲੈ ਦਾਂ ਕਿ ਚੰਡੀਗੜ੍ਹ ਤਾਂ ਬੜਾ ਫੈਸ਼ਨ ਬੜਾ ਕੱਲ੍ਹ ਬੜੀ ਖਬਰ ਛਪੀ ਸੀਗੀ ਕਿ ਚੰਡੀਗੜ੍ਹ ਤਾਂ ਫੈਸ਼ਨ ਹੀ ਬੜਾ ਆ ਹੁੱਕਾ ਬਾਰਾਂ ਦਾ ਤੇ ਕੁੜੀਆਂ ਮੁੰਡੇ ਮਤਲਬ ਜਿਹੜੇ ਅੱਜ ਕੱਲ੍ਹ ਬੜਾ ਫੈਸ਼ਨ ਜਿਹਾ ਸਮਝਦੇ ਆ ਪਰ ਇੱਕ ਉਹਦੇ ਨਾਲ ਚੰਗੀ ਖਬਰ ਮੈਂ ਤੁਹਾਨੂੰ ਰਲਦੀ ਹੈ ਦੱਸ ਦਿੰਦਾ ਕਿ ਜਿਹੜੀ ਕੇਂਦਰੀ ਗ੍ਰਹਿ ਮੰਤਰਾਲਾ ਆ ਉਹਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਤੁਸੀਂ ਇਹ ਹੁੱਕਾ ਬਾਰਾਂ ਉੱਤੇ ਇੱਕ ਜਿਹੜੀ ਆ ਇਹਨਾਂ ਦਾ ਨਕੇਲ ਕੱਸੋ ਤੇ ਕੋਈ ਨਵੀਆਂ ਸ਼ਰਤਾਂ ਜਿਹੜੀਆਂ ਉਹਨੂੰ ਨਿਰਧਾਰਿਤ ਕੀਤੀਆਂ ਜਾ ਰਹੀਆਂ ਸੋ ਇੱਕ ਪਾਸੇ ਜਦੋਂ ਜਿਹੜੀ ਪੀੜ੍ਹੀ ਆ ਉਹ ਦਿਨ ਨੂੰ ਜਾਗਦੀ ਆ ਕਲੱਬਾਂ ਵਿੱਚ ਅਜਿਹੇ ਕੰਮ ਕਰਨ ਲਈ ਤੇ ਦੂਜੇ ਪਾਸੇ ਅਜਿਹੇ ਬੱਚੇ ਵੀ ਹੈਗੇ ਆ ਜਿਹੜੇ ਆਪਣਾ ਜਿਹੜਾ ਤਨ ਮਨ ਧਨ ਜਿਹੜਾ ਸਾਰਾ ਕੁਝ ਆ ਉਹ ਕਿਸੇ ਚੰਗੇ ਪਾਸੇ ਬਿਲਕੁਲ ਉਹ ਆਪਣਾ ਭਵਿੱਖ ਸੰਵਾਰਨ ਦੇ ਲਈ ਲਾ ਦਿੰਦੇ ਨੇ ਸੋ ਇਹ ਬੜੀ ਪ੍ਰੇਰਣਾਦਾਇਕ ਜਿਹੜੀ ਕਹਾਣੀ ਹੈਗੀ ਹੈ ਇਸ ਲੜਕੀ ਦੀ ਹਿੰਮਤੀ ਹੈ ਆਪਣੇ ਭਵਿੱਖ ਨੂੰ ਰੋਸ਼ਨ ਕਰਨ ਦੇ ਲਈ ਜੇ ਤੁਹਾਡੇ ਕੋਲ ਸਾਧਨ ਵੀ ਨਹੀਂ ਹੈਗੇ ਪਰ ਜੇ ਤੁਸੀਂ ਆਪਣੇ ਸਰੀਰ ਦੇ ਨਾਲ ਮਿਹਨਤ ਕਰਦੇ ਹੋ ਇੰਨੀ ਜ਼ਬਰਦਸਤ ਮਿਹਨਤ ਕਰਦੇ ਹੋ ਮਨ ਨੂੰ ਕਰੜਾ ਰੱਖ ਕੇ ਤਗੜਾ ਰੱਖ ਕੇ ਤਾਂ ਤੁਹਾਡੀ ਮਿਹਨਤ ਦਾ ਮੁੱਲ ਹੈ ਜਿਹੜਾ ਉਹ ਜ਼ਰੂਰ ਪੈਂਦਾ ਅਤੇ ਉਹਨਾਂ ਬੱਚਿਆਂ ਦੇ ਲਈ ਵੀ ਸਬਕ ਹੈਗਾ ਜਿਨ੍ਹਾਂ ਦੇ ਮਾਪਿਆਂ ਕੋਲ ਵਾਧੂ ਪੈਸਾ ਹੁੰਦਾ ਅਤੇ ਉਹ ਆਪਣੇ ਮਾਂ ਪਿਓ ਦੇ ਵਾਧੂ ਪੈਸੇ ਨੂੰ ਇਸ ਤਰ੍ਹਾਂ ਨਸ਼ਿਆਂ ਦੇ ਵਿੱਚ ਜਾਂ ਫਿਰ ਫਾਲਤੂ ਕੰਮਾਂ ਦੇ ਵਿੱਚ ਰੋਲ ਦਿੰਦੇ ਨੇ ਸੋ ਉਹਨਾਂ ਤੋਂ ਵੀ ਆਸ ਕਰਦੇ ਹਾਂ ਕਿ ਅਜਿਹੇ ਜਿਹੜੇ ਆਪਣੇ ਸਾਥੀ ਹੈਗੇ ਨੇ ਅਜਿਹੇ ਬੱਚੇ ਹੈਗੇ ਨੇ ਉਹਨਾਂ ਦੀ ਮਦਦ ਕਰਨ ਦੇ ਵਿੱਚ ਹੀ ਥੋੜ੍ਹਾ ਬਹੁਤ ਲਾ ਦਿਆ ਕਰਨ ਕੱਲ੍ਹ ਨੂੰ ਫਿਰ ਗੁੱਡ ਨਿਊਜ਼ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ।